ਸੰਗਰੂਰ ਤੇ ਪਿੰਡ ਗੁਜਰਾ ਦੇ ਸਾਬਕਾ ਫੌਜੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਜਾਨਲੇਵਾ ਹਮਲਾ ਹੋਇਆ ਹੈ। ਉਹਨਾਂ ਦਾ ਕਹਿਣਾ ਹੈ ਕਿਉਂਕਿ ਮੈਂ ਨਸ਼ਾ ਤਸਕਰਾਂ ਦਾ ਵਿਰੋਧ ਕਰ ਰਿਹਾ ਸੀ, ਇਸ ਕਰਕੇ ਉਹਨਾਂ ਦੇ ਖਿਲਾਫ ਮੈਂ ਲੜਾਈ ਸ਼ੁਰੂ ਕੀਤੀ ਸੀ, ਪਰ ਉਹਨਾਂ ਲੋਕਾਂ ਨੂੰ ਇਹ ਸੇਵਾ ਪਸੰਦ ਨਹੀਂ ਆਈ। ਪਹਿਲਾਂ ਵੀ ਕਈ ਵਾਰ ਮੈਨੂੰ ਫੋਨ ਕਰਕੇ ਧਮਕੀਆਂ ਦਿੱਤੀਆਂ ਗਈਆਂ ਹਨ, ਜਿਸ ਤੋਂ ਬਾਅਦ ਉਹ ਮੇਰੇ ਘਰ ਆ ਗਏ ਤੇ ਮੇਰੇ ਤੇ ਧਾਰਦਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਰਵਿੰਦਰ ਸਿੰਘ ਨੇ ਦੱਸਿਆ ਕਿ ਮਾਰ ਕੁਟਾਈ ਵਿੱਚ ਉਸ ਦੀ ਬਾਂਹ ਟੁੱਟ ਗਈ। ਇਸ ਦੌਰਾਨ ਜਦੋਂ ਉਸਦਾ ਭਰਾ ਵਿੱਚ ਬਚਾਓ ਲਈ ਆਇਆ ਤਾਂ ਉਸ ਤੇ ਵੀ ਤੇਜ਼ ਧਾਰ ਹਥਿਆਰ ਨਾਲ ਵਾਰ ਕਰ ਦਿੱਤਾ ਗਿਆ। ਵਾਰ ਕਰਨ ਤੋਂ ਬਾਅਦ ਅਪਰਾਧੀ ਫਰਾਰ ਹੈ, ਜਿਸ ਦੀ ਭਾਲ ਵਿੱਚ ਪੁਲਿਸ ਜੁਟੀ ਹੋਈ ਹੈ। ਤੇ ਇੱਕ ਮੇਰਾ ਵੀਰ ਜਿਹੜਾ ਨਾਲ ਰਣਵੀਰ ਰਹਿ ਰਿਹਾ, ਇਹਦਾ ਵੀ ਮੈਂ ਛੁਡਾਤਾ ਸੀਗਾ ਨਸ਼ਾ, ਵੀ ਆਹ ਗਲਤ ਕੰਮ ਨਹੀਂ ਕਰਨੇ, ਮਾੜੇ ਪਾਸੇ ਨਹੀਂ ਜਾਣਾ। ਤਾਂ ਉਹ ਜਿਹੜੇ ਲਿਆ ਕੇ ਵੇਚਦੇ ਸੀਗੇ ਤਸਕਰ, ਉਹਨਾਂ ਦੇ ਉਹਨਾਂ ਨੂੰ ਇਹ ਗੱਲ ਤੋਂ ਮੇਰੇ 'ਤੇ ਦੁਖੀ ਸੀਗੇ। ਕੁਛ ਆਪਾਂ ਪ੍ਰਬੰਧਕ ਕਮੇਟੀ 'ਚ ਹਾਂ ਬਾਬਾ ਲਾਲਾਂ ਨੇ ਪੀਰ ਦੇ, ਉੱਥੇ ਜਾਂਦੇ ਹਾਂ, ਆਪਾਂ ਵਧੀਆ ਸੇਵਾ ਕਰ ਰਹੇ ਹਾਂ। ਅਜੇ 9 ਮਹੀਨੇ ਹੋਏ ਨੇ, 10 ਜਿੰਨਾ ਗੁਰੂ ਘਰ ਦਾ ਪੈਸਾ ਗੁਰੂ ਘਰ 'ਤੇ ਲਾ ਰਹੇ ਹਾਂ। ਪਹਿਲਾਂ ਉੱਥੇ ਹੁੰਦੀ ਸੀ ਪੋਲੀਟੀਕਲ, ਉਹ ਗੁਰੂ ਘਰ ਦੇ ਪੈਸੇ 'ਤੇ ਕੀਤੀ ਜਾਂਦੀ ਸੀ, ਆਪਾਂ ਉਹ ਕੰਟਰੋਲ ਕਰਤੀ। ਹੁਣ ਸਾਰਾ ਪੈਸਾ ਅੱਜ ਦੀ ਘੜੀ ਆਪਣੇ ਹੱਥ 'ਚ, ਆਪਾਂ ਬਾਬੇ ਦੀ ਲਾ ਰਹੇ ਹਾਂ। ਕੁਛ ਕੋ ਖੁੰਦਕਬਾਜ਼ੀ ਲਾ ਲਓ ਜਾਂ ਇਹ ਚਿੱਟਾ ਪੀ ਕੇ ਗੁਰੂ ਘਰ ਸਾਡੇ ਵੀਰਵਾਰ ਭਰਦਾ ਪੂਰਾ ਬਾਬਾ ਲਾਲਾਂ ਨੇ ਪੀਰ ਦੇ। ਇਹ ਬੱਚੇ ਗੇੜੇ ਦਿੰਦੇ ਨੇ, ਕੋਈ ਬੁੜੀ ਨਹੀਂ ਦੇਖਦੇ, ਕੁੜੀ ਨਹੀਂ ਦੇਖਦੇ, ਮੋਢੇ ਮਾਰਦੇ ਫਿਰਦੇ ਆ। ਜੇ ਇਹਨਾਂ ਨੂੰ ਰੋਕਦੇ, ਇਹਨਾਂ ਨੂੰ ਤਾਂ ਗੁੱਸਾ, ਪਰ ਗੁਰੂ ਘਰ ਦੇ ਬਾਹਰ ਆ ਕੇ ਵੇਚਦੇ ਆ, ਇਹ ਦਾਰੂ ਪੀਂਦੇ ਆ, ਗਾਲਾਂ ਕੱਢਦੇ ਆ ਉੱਥੇ। ਅਤੇ ਇਹਨਾਂ ਨੂੰ ਮੈਂ ਰੋਕਿਆ ਸੀਗਾ, ਜਾਂ ਜਿਹੜੇ ਮੈਂ ਜਵਾਕ ਛੱਡਿਆ ਉਹਨਾਂ, ਜਿਹਨੂੰ ਜਿਹੜਾ ਮੇਰੇ ਕੋਲ ਆ ਜਾਂਦਾ, ਜਿਹਨਾਂ ਦੀ ਮਾਂ ਆ ਜਾਂਦੀ ਹੈ, ਪੁੱਤ ਮੇਰੇ ਜਵਾਕ ਨੂੰ ਛੱਡਿਆ ਫੌਜੀਆਂ, ਮੈਂ ਛੱਡਿਆ ਉਹਨਾਂ, ਇਹ ਮੈਨੂੰ ਉੱਦਣ ਦੇ ਕਹਿ ਰਹੇ, ਕਹਿੰਦੇ ਤੈਨੂੰ ਜਾਨੋਂ ਮਾਰਨਾ, ਜਾਨੋਂ ਮਾਰਨਾ। ਮਾਮਲੇ ਦੇ ਇਨਵੈਸਟੀਗੇਸ਼ਨ ਆਫਿਸਰ ਬਿੱਕਰ ਸਿੰਘ ਨੇ ਦੱਸਿਆ ਕਿ ਆਰੋਪੀ ਦੇ ਖਿਲਾਫ਼ ਧਾਰਾ 135, 323, 41, 48, 506, 148, 149 ਦੇ ਤਹਿਤ ਮਾਮਲਾ ਦਰਜ ਕਰ ਲਿੱਤਾ ਗਿਆ ਹੈ। ਬਿੱਕਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰਵਿੰਦਰ ਸਿੰਘ ਨੇ ਨਸ਼ਾ ਕਰਨ ਵਾਲਿਆਂ ਨੂੰ ਨਸ਼ਾ ਨਾ ਕਰਨ ਦੀ ਸਲਾਹ ਦਿੱਤੀ ਸੀ, ਪਰ ਨਸ਼ੇੜੀਆਂ ਨੂੰ ਇਹ ਗੱਲ ਰਾਸ ਨਹੀਂ ਆਈ ਤੇ ਉਹਨਾਂ ਨੇ ਸਾਬਕਾ ਫੌਜੀ ਤੇ ਹਮਲਾ ਕਰ ਦਿੱਤਾ। ਇਹ ਇੱਕ ਹਰਵਿੰਦਰ ਸਿੰਘ ਹੈ ਜੀ, ਉੱਥੇ ਧਾਲੀਵਾਲ ਪੱਤੀ ਗੁਜਰਾਂ ਦਾ ਰਹਿਣ ਵਾਲਾ ਹੈ, ਤੇ ਇਹ ਮਤਲਬ ਇੱਕ ਗੁਰਦੁਆਰੇ ਦਾ ਸੈਕਟਰੀ ਵੀ ਹੈ ਉੱਥੇ, ਲਾਲਾਂ ਵਾਲੇ ਗੁਰਦੁਆਰੇ ਦਾ। ਉੱਥੇ ਨਸ਼ਾ ਸੰਬੰਧੀ ਮਾੜਾ ਮੋਟਾ ਇਹ ਬਣੀ ਵਧੀਆ ਵਿਚਾਰ ਰੱਖਣ ਵਾਲਾ ਬੰਦਾ। ਕੁਛ ਬੰਦਿਆਂ ਨੇ, ਪਿੰਡ ਦਿਆਂ ਨੇ, ਪਾਰਟੀਬਾਜ਼ੀ ਲਾ ਲਓ, ਗਰੁੱਪਬਾਜ਼ੀ ਲਾ ਲਓ, ਉਹਦੇ ਕਾਰਨ ਇਹਨਾਂ ਜਦੋਂ ਮੈਂ ਹੀ ਉਦੋਂ ਬਾਅਦ ਹੀ ਕੁੱਟਮਾਰ ਵੀ ਹੋਈ ਹੈ, ਜਿਹੜਾ ਅਜੇ ਵੀ ਦਾਖਲ ਹੈ ਜਿਹਦੇ ਨਾਲ। ਅਤੇ ਉਹਦੀ ਕੁੱਟਮਾਰ ਦੇ ਸੱਟਾਂ ਦੇ ਸੰਬੰਧੀ ਅਜੇ ਮੁਕੱਦਮਾ ਨੰਬਰ 135 ਦਰਜ ਹੋ ਗਿਆ ਜੀ, ਅਤੇ ਅਜੇ ਉਹਦੀ ਤਾਂ ਉਹ ਇੰਜਰੀ ਡਿਕਲੇਅਰ ਕਰਾਉਣੀ ਬਾਕੀ ਹੈ। ਜੇ ਜੁਰਮ ਦਾ ਵਾਧਾ ਘਾਟਾ ਹੋਊਗਾ ਉਹ ਵੀ ਕੀਤਾ ਜਾਊਗਾ। ਉਹਦੀ ਕੱਲ੍ਹ ਉਹ ਹੋਣੀ ਸੀਗਾ ਜੀ, ਆਪਰੇਸ਼ਨ ਹੋਣਾ ਸੀ, ਉਹ ਕਹਿੰਦੇ ਫ੍ਰੈਕਚਰ ਹੈ ਬਾਂਹ ਦੇ ਵਿੱਚ, ਸੰਗਰੂਰ ਜੀ।